ਕੀ ਫਿਰ ਜਥੇਦਾਰਾਂ ਦਾ ਕੰਮ ਕੱਲੀਆਂ ਬੋਝੇ ਚ ਤਨਖਾਹਾਂ ਪਾਉਣੀਆਂ ਜਾਂ ਗੁਰੂ ਘਰ ਦੀਆਂ ਗੱਡੀਆਂ ਦਾ ਤੇਲ ਰੋਕਣਾ ਤੇ ਜਾਂ ਸੰਗਤਾਂ ਤੋਂ ਲਿਫਾਫੇ ਲੈ ਕੇ ਢਿੱਡ ਭਰ ਨਹੀਂ ਹੈ ਜਥੇਦਾਰਾਂ ਦਾ ਕੰਮ ਸਾਡੇ ਧਾਰਮਿਕ ਅਦਾਰਿਆਂ ਅੰਦਰ ਬਾਦਲ ਪਰਿਵਾਰ ਦੀ ਰਹੀ ਹੈ। ਭਗਵੰਤ ਮਾਨ ਹੋਣੀ ਦਾ ਸਵਾ ਸਾਲ ਹੋਇਆ ਮੁੱਖ ਮੰਤਰੀ ਬਣੇ, ਭਗਵੰਤ ਮਾਨ ਹੋਣਾ ਨੇ ਕੀਤੀ ਆ ਜਾਂ ਬਾਦਲ ਪਰਿਵਾਰ ਨੇ ਕੀਤੀ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਾਇਦਾਦਾਂ, ਸ਼੍ਰੋਮਣੀ ਕਮੇਟੀ ਦੇ ਸਕੂਲ, ਜਿਹੜੇ ਅਕਾਲੀ ਦਲ ਬਾਦਲ ਨਾਲ ਜਿਹੜੇ ਲੀਡਰ ਦੱਬੀ ਬੈਠੇ, ਤੁਸੀਂ ਕੌਮ ਲਈ ਕਦੇ ਇੱਕ ਦਿਨ ਇੱਕ ਸਾਹ ਨਹੀਂ ਤੁਸੀਂ ਕੌਮ ਲਈ ਲਿਆ, ਤੁਸੀਂ ਇੱਕ ਟੱਬਰ ਦੇ ਢਿੱਡ ਬੜੇ ਬੈਠੇ ਹੋ। ਭਗਵੰਤ ਮਾਨ ਹੋਣਾ ਨੇ ਕੀਤੀ ਆ ਜਾਂ ਬਾਦਲ ਪਰਿਵਾਰ ਨੇ ਕੀਤੀ ਹੈ? ਸਾਡੇ ਧਾਰਮਿਕ ਅਦਾਰਿਆਂ ਅੰਦਰ ਬਾਦਲ ਪਰਿਵਾਰ ਦੀ ਰਹੀ ਹੈ। ਭਗਵੰਤ ਮਾਨ ਹੋਣੀ ਦਾ ਸਵਾ ਸਾਲ ਹੋਇਆ ਮੁੱਖ ਮੰਤਰੀ ਬਣੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਾਇਦਾਦਾਂ, ਸ਼੍ਰੋਮਣੀ ਕਮੇਟੀ ਦੇ ਸਕੂਲ, ਜਿਹੜੇ ਅਕਾਲੀ ਦਲ ਬਾਦਲ ਨਾਲ ਜਿਹੜੇ ਲੀਡਰ ਦੱਬੀ ਬੈਠੇ।